ਗਿਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਰੂਪਨਗਰ। ਦੋਸਤੋ ਬਹੁਤ ਵੱਡੀ ਖਬਰ ਆ ਰਹੀ ਹੈ, ਗੈਂਗਸਟਰ ਦਿਲਪ੍ਰੀਤ ਦਾ ਇੱਕ ਸਹਿਯੋਗੀ ਪੁਲਿਸ ਮੁਕਾਬਲੇ ਦੌਰਾਨ ਹੋਇਆ ਜ਼ਖਮੀ ਔਰ ਜ਼ਖਮੀ ਤੋਂ ਬਾਅਦ ਉਸ ਨੂੰ ਕੀਤਾ ਗ੍ਰਿਫਤਾਰ। ਇਹ ਕੌਣ ਸ਼ਖਸ ਹੈ, ਕਿਸ ਤਰ੍ਹਾਂ ਗ੍ਰਿਫਤਾਰ ਹੋਇਆ ਔਰ ਕਿਵੇਂ ਮੁਕਾਬਲਾ ਹੋਇਆ, ਪੂਰੀ ਜਾਣਕਾਰੀ ਦੇਣ ਵਾਸਤੇ ਰੋਪੜ ਤੋਂ ਸਾਡੇ ਪੱਤਰਕਾਰ ਜਸਵੀਰ ਸੈਣੀ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਜਸਵੀਰ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ? ਜੀ ਸੋਤਾ ਜੀ, ਅੱਜ ਸਵੇਰੇ 5:30 ਦੀ ਵਾਰਦਾਤ ਆ ਜੀ, ਤੇ ਇਹ ਆਕਾਸ਼ ਜੀ ਦਾ ਨਾਮ ਦਾ ਵਿਅਕਤੀ ਆ, ਇਹ ਅਨੰਦਪੁਰ ਸਾਹਿਬ ਤੋਂ ਇੱਕ ਫੋਰਚੂਨਰ ਚੋਰੀ ਕਰਕੇ ਲਿਆ ਸੀਗਾ ਜੀ, ਲੁੱਟਖੋ ਕਰਕੇ ਲਿਆ ਸੀਗਾ, ਤੇ ਇਹ ਇਹਦੇ ਪਿੱਛੇ ਜਦੋਂ ਪੁਲਿਸ ਨੂੰ ਰਿਪੋਰਟ ਦਿੱਤੀ ਗਈ ਤੇ ਉਹਨਾਂ ਨੇ ਪਿੱਛਾ ਕੀਤਾ, ਇਹਦੀ ਕਾਰਵਾਈ ਕਰਦੇ ਸਵੇਰੇ ਜਦੋਂ ਰੋਪੜ ਦੇ ਨਜ਼ਦੀਕ ਬੈਰਾਮਪੁਰ ਨੇੜੇ ਪਥਰੇੜੀ ਜੱਟਾਂ ਦੀ, ਉੱਥੋਂ ਇਹਨੂੰ ਨੱਕ ਤੇ ਕਵਰ ਇਹਨੂੰ ਰੋਕਿਆ ਗਿਆ, ਤੇ ਇਸਨੇ ਰੋਕਦੀ ਸਾਰੀ ਪੁਲਿਸ ਤੇ ਫਾਇਰਿੰਗ ਕੀਤੀ, 2 ਗੋਲੀਆਂ ਇਸਨੇ ਚਲਾਈਆਂ ਤੇ ਘੱਟੋ ਘੱਟ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ, ਤੇ ਉਸਦੇ ਸੱਜੇ ਮੁੰਡੇ ਤੇ ਗੋਲੀ ਲੱਗੀ ਆ, ਤੇ ਉਸ ਤੋਂ ਬਾਅਦ ਇਹ ਫੋਰਚੂਨਰ ਤੇ ਜੋ ਵੀ ਹੈ ਸਮਾਨ ਕਬਜ਼ੇ 'ਚ ਲੈ ਲਿਆ, ਔਰ ਉਸ ਜਗ੍ਹਾ ਤੇ ਜੋ ਵੀ ਕਾਰਤੂਸ ਤੇ ਉਹ ਵੀ ਇਕੱਠੇ ਕੀਤੇ ਗਏ ਸੀ, ਤੇ ਉਸ ਤੋਂ ਬਾਅਦ ਉਸਨੂੰ ਜਿਹੜੇ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਰੋਪੜ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹਦਾ ਇਲਾਜ ਚੱਲ ਰਿਹਾ, ਤੇ ਉਸਨੂੰ ਅਰੈਸਟ ਕੀਤਾ ਸਪੈਸ਼ਲ ਵਾਰਡ ਦੇ ਵਿੱਚ ਰੱਖਿਆ ਜਿੱਥੇ ਦਿਲਪ੍ਰੀਤ ਹੈ। ਉੱਥੋਂ ਜਾਣਕਾਰੀ ਮਿਲਦੀ ਆ ਕਿ ਇਹ ਵੀ ਜਾਣਕਾਰੀ ਦੱਸੀ ਕਿ ਪੁਲਿਸ ਵਾਲਿਆਂ ਨੇ ਕਿ ਵੀ ਇਹਦਾ ਜੋ ਵੀ ਮਤਲਬ ਹੱਥ ਆ ਉਹ ਦਿਲਪ੍ਰੀਤ ਦੇ ਬਾਬਾ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ, ਕਿਉਂਕਿ ਇਹਦੇ ਉੱਪਰ ਕਈ ਆਰੋਪ ਵੀ ਲੱਗੇ ਹੋਏ ਆ, ਜਿਹਦਾ ਖੁਲਾਸਾ ਥੋੜ੍ਹੀ ਦੇਰ ਬਾਅਦ ਪਤਾ ਚੱਲਣਾ ਸ਼ੁਰੂ ਹੋ ਜਾਏਗਾ। ਅੱਛਾ, ਇਹ ਮਤਲਬ ਗੁਪਤ ਸੂਚਨਾ ਦੇ ਆਧਾਰ ਤੇ ਸਾਰਾ ਕੁਝ ਹੋਇਆ? ਜੋ ਵੀ ਹੋਇਆ ਜੀ, ਇਹ ਤਾਂ ਇਸ ਤੋਂ ਪਤਾ ਚੱਲ ਰਿਹਾ ਵੀ ਜਿਹੜਾ ਦਿਲਪ੍ਰੀਤ ਬਾਬਾ ਹੈ ਉਸਦੇ ਸਾਥੀ ਹੈ ਜੀ, ਤੇ ਕਈ ਵਾਰ ਇਹਨਾਂ ਦਾ ਹੋ ਸਕਦਾ ਕਿਤੇ ਪੁਲਿਸ ਵਾਲਿਆਂ ਨੇ ਇਹ ਵੀ ਬਤਾਇਆ ਦੱਸਿਆ ਸਾਨੂੰ ਕਿ ਵੀ ਇਹਦੀਆਂ ਵੀ ਜੋ ਵੀ ਗੱਲਬਾਤ ਵਾਰਦਾਤ, ਇਹਨਾਂ ਨੇ ਪਲਾਨ ਸੋਚਿਆ ਸੀਗਾ ਕਿ ਦਿਲਪ੍ਰੀਤ ਬਾਬਾ ਨੂੰ ਜਦੋਂ ਅਸੀਂ ਉਹਨੂੰ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਹੋ ਸਕਦਾ ਉਹਨੂੰ ਛੁਡਾਉਣ ਵਾਸਤੇ ਇਹਨਾਂ ਨੇ ਕੋਈ ਮੈਪ ਚਲਾਈ ਹੋਵੇ ਕਿ ਗੱਡੀ ਖੋਈ ਸੀਗੀ ਇਹਨਾਂ ਨੇ, ਤੇ ਹੋ ਸਕਦਾ ਇਹਨਾਂ ਨੂੰ ਉਸ ਗੈਂਗ ਦਾ ਹੀ ਬੰਦਾ ਇਹ ਆਕਾਸ਼ ਜੀ ਦਾ ਨਾਂ ਦਾ ਜੋ ਲੜਕਾ ਹੈ ਉਹ ਦਿਲਪ੍ਰੀਤ ਦੇ ਨਾਲ ਜੁੜਿਆ ਹੋਇਆ, ਉਹਦਾ ਸਾਥੀ ਹੈ। ਔਰ ਸੈਣੀ ਸਾਹਿਬ, ਇਸ ਸੰਬੰਧ ਵਿੱਚ ਕਿਸੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ? ਤੇ ਜਦੋਂ ਸਾਨੂੰ ਉੱਥੇ ਪੁਲਿਸ ਪ੍ਰਸ਼ਾਸਨ ਨੇ ਪਤਾ ਲੱਗਿਆ ਵੀ ਇੱਥੇ ਵਾਰਦਾਤ ਹੋਈ ਹੈ ਤਾਂ ਅਸੀਂ ਫੌਰਨ ਉੱਥੇ ਪਹੁੰਚੇ ਤਾਂ ਕਿ ਅਸੀਂ ਜੋ ਵੀ ਕਵਰ ਕਰਕੇ ਆਪਣੇ ਅਦਾਰੇ ਭੇਜੀ। ਔਰ SSP ਸਾਹਿਬ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ? ਹਾਂਜੀ, ਸਾਰੇ ਉੱਥੇ ਸੀਗੇ, ਅਸੀਂ ਤੁਹਾਨੂੰ ਵਾਈਟ ਭੇਜੀ ਹੈ, ਸਰਕਾਰ ਸਾਹਮਣੇ ਸਾਰੀ ਗੱਲ ਦੱਸੀ ਹੈ। ਔਰ ਦੋਸਤੋ, ਮੈਂ ਦੱਸਣਾ ਚਾਹੁੰਦਾ ਕਿ ਸੈਣੀ ਸਾਹਿਬ ਨੇ SSP ਰੋਪੜ ਦੇ ਨਾਲ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ। ਅਨੰਦਪੁਰ ਸਾਹਿਬ ਤੋਂ ਕੱਲ ਰਾਤ ਨੂੰ ਟੋਟਾ ਫੋਰਚੂਨਰ ਜਿਹੜਾ ਮਾਲਕ ਸੀਗਾ ਉਹ ਮੱਥਾ ਟੇਕਣ ਗਿਆ ਸੀਗਾ, ਤੇ ਡਰਾਈਵਰ ਬੈਠਾ ਸੀਗਾ ਗੱਡੀ ਦੇ ਅੰਦਰ, ਗਨ ਪੁਆਇੰਟ ਤੇ ਇੱਕ ਬੰਦੇ ਨੇ ਗੱਡੀ ਖੋਈ, ਰੈੱਡ ਅਲਰਟ ਸੀਗਾ ਪੂਰੇ, ਉਸ ਤੋਂ ਬਾਅਦ ਰੈੱਡ ਅਲਰਟ ਸੀਗਾ ਡਿਸਟ੍ਰਿਕਟ 'ਚ, ਵੱਖ ਵੱਖ ਜਗ੍ਹਾ 'ਚ ਨਾਕੇ ਲੱਗੇ ਹੋਏ ਸੀਗੇ, ਅਤੇ ਅੱਜ ਸਵੇਰੇ ਕਰੀਬ 4:30-5 ਵਜੇ ਗੱਡੀ ਦੇਖੀ ਗਈ, ਉਹਦਾ ਪਿੱਛਾ ਕੀਤਾ ਗਿਆ, ਨਾਕਾ ਵੀ ਤੋੜਿਆ, 8-9 ਕਿਲੋਮੀਟਰ ਪਿੱਛਾ ਕਰਕੇ ਇੱਥੇ ਘੇਰੀ ਹੈ ਗੱਡੀ, ਅਤੇ ਜਿਹੜਾ ਅੰਦਰ ਬੈਠਾ ਸੀਗਾ ਉਹਨੇ ਉਤਰਦੀ ਫਾਇਰ ਕੀਤਾ ਪੁਲਿਸ ਪਾਰਟੀ 'ਤੇ, ਅਤੇ ਜਵਾਬੀ ਫਾਇਰ 'ਤੇ ਉਹ ਜ਼ਖਮੀ ਵੀ ਹੋ ਗਿਆ, ਲੈਫਟ ਸਾਈਡ ਸ਼ੋਲਡਰ 'ਤੇ ਉਹਦੀ ਬਾਜੂ ਸ਼ੋਲਡਰ 'ਤੇ ਉਹਨੂੰ ਗੋਲੀ ਲੱਗੀ ਹੈ, ਆਊਟ ਆਫ ਡੇਂਜਰ ਹੈ, ਕ੍ਰਿਟੀਕਲ ਨਹੀਂ ਹੈ, ਹਸਪਤਾਲ ਲੈ ਗਏ ਉਹਨੂੰ, ਅਤੇ ਬਾਕੀ ਅੱਗੇ ਜਾਂਚ ਆ ਰਹੀ। ਠੀਕ ਹੈ ਜੀ। ਹਾਂਜੀ, ਕੱਲ੍ਹ ਰਾਤ ਨੂੰ ਇੱਕ ਟੋਇਟਾ ਫੋਰਚੂਨਰ ਇਹ ਖੋਈ ਗਈ ਸੀ ਅਨੰਦਪੁਰ ਸਾਹਿਬ ਤੋਂ ਗਨ ਪੁਆਇੰਟ 'ਤੇ, ਅਤੇ ਰਾਤ ਤੋਂ ਹੀ ਇਹ ਜਿਹੜਾ ਰੈੱਡ ਅਲਰਟ ਸੀਗੀ ਜ਼ਿਲ੍ਹੇ 'ਚ, ਅਤੇ ਅੱਜ ਸਵੇਰੇ ਇਹਨੂੰ ਘੇਰਿਆ, ਅਤੇ ਇੱਕ ਬੰਦਾ ਚਲਾ ਰਿਹਾ ਸੀਗਾ, ਆਕਾਸ਼ ਨਾਮ ਦਾ ਬੰਦਾ ਅਰੈਸਟ ਕੀਤਾ, ਉਹਦੇ ਗੋਲੀ ਵੀ ਲੱਗੀ ਹੈ ਖੱਬੇ ਪਾਸੇ, ਫਾਇਰਿੰਗ ਕੀਤੀ ਉਹਨੇ ਉਤਰਦੀ ਪੁਲਿਸ ਪਾਰਟੀ 'ਤੇ, ਅਤੇ ਆਕਾਸ਼ ਦਿਲਪ੍ਰੀਤ ਰਿੰਦਾ ਗੈਂਗ ਦਾ ਇੱਕ ਸ਼ਾਰਪ ਸ਼ੂਟਰ ਹੈ, ਅਤੇ 21-22 ਸਾਲ ਦਾ ਮੁੰਡਾ ਹੈ, ਨੰਦੇੜ ਦਾ ਰਹਿਣ ਵਾਲਾ, ਅਤੇ 5 ਕੇਸਿਸ ਇਹਦੇ 'ਤੇ ਹੈ ਮਰਡਰ ਦੇ, ਮਹਾਰਾਸ਼ਟਰ, ਹਰਿਆਣਾ ਅਤੇ ਪੰਜਾਬ 'ਚ, ਅਤੇ 13 ਕੇਸਿਸ ਖੋਹ ਦੇ ਡਕੈਤੀ ਦੇ, ਹਾਈਵੇ ਰੋਬਰੀ ਦੇ। ਅਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਤਾਂ ਇਹੀ ਹੈ ਕਿ ਜਿੰਨੇ ਵੀ ਬਚੇ ਕੁਚੇ ਮੈਂਬਰਸ ਹੈ ਦਿਲਪ੍ਰੀਤ ਅਤੇ ਰਿੰਦੇ ਦੇ ਨਾਲ ਦੇ, ਉਹਨਾਂ ਨੂੰ ਰੈਲੀ ਕਰ ਰਿਹਾ ਸੀਗਾ ਕਿ ਕਿਸੇ ਤਰ੍ਹਾਂ ਜਦ ਕੋਰਟ 'ਚ ਪੇਸ਼ੀ ਹੁੰਦੀ ਹੈ ਤਾਂ ਇਹਨਾਂ ਨੂੰ ਛੁਡਾ ਲਿਆ ਜਾਏ, ਰੈਕੀ ਵੀ ਕੀਤੀ ਇਹਨਾਂ ਨੇ ਕਾਫੀ ਜਗ੍ਹਾ, ਇਹ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੈ ਰੈਕੀ ਕਰਕੇ ਆਏ ਕਾਗੂ ਜਿੱਥੇ ਜਿੱਥੇ ਕੇਸਿਸ ਦਰਜ ਹੈ ਦਿਲਪ੍ਰੀਤ ਅਤੇ ਰਿੰਦੇ ਦੇ। ਸਰ, ਸਪੋਟ 'ਤੇ ਕੀ ਵਾਕਿਆ ਹੋਇਆ ਜਦੋਂ ਫਾਇਰਿੰਗ ਵੀ ਹੋਈ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਰੌਂਦ ਚੱਲੇ ਹੋਏ ਨੇ, ਕਿੰਨੇ ਕੁ ਰੌਂਦ ਚੱਲੇ ਨੇ, ਕੀ ਹੋਇਆ ਸਰ? ਰਾਊਂਡ ਚੱਲੇ ਪੁਲਿਸ ਵੱਲੋਂ, 7-8 ਰਾਊਂਡ ਪੁਲਿਸ ਵੱਲੋਂ ਚੱਲੇ, 2 ਰਾਊਂਡ ਇਸ ਵੱਲੋਂ ਚੱਲੇ,
ਇਨੀਸ਼ੀਅਲ ਇਨਵੈਸਟੀਗੇਸ਼ਨ ਹੈ, ਬਾਕੀ ਹੋਰ ਪੁੱਛ ਕੇ ਸਟੇਟਸ ਕੀ ਹੈ ਸਰ ਉਹਦਾ ਕਾਸ ਦਾ? ਨਹੀਂ ਕ੍ਰਿਟੀਕਲ ਨਹੀਂ ਹੈ, ਡਾਕਟਰ ਨਾਲ ਹੋਈ ਹੈ ਕ੍ਰਿਟੀਕਲ। ਉਹਦੇ ਲੱਗੀ ਗੋਲੀ? ਉਹਦੇ ਲੈਫਟ ਸਾਈਡ ਤੇ ਲੱਗੀ ਹੈ, ਆਮ ਤੇ, ਆਮ ਸ਼ੋਲਡਰ ਤੇ। ਇਹ ਸਰ ਕਿਸ ਤਰ੍ਹਾਂ ਖੋਈ, ਕਿਸ ਤਰ੍ਹਾਂ ਇਹ ਸਾਰੀ ਵਾਰਦਾਤ? ਗਨ ਪੁਆਇੰਟ ਤੇ ਖੋਈ ਗਈ ਸੀਗੀ। ਕਿਹੜੀ ਜਗ੍ਹਾ ਤੋਂ? ਅਨੰਦਪੁਰ ਸਾਹਿਬ ਤੋਂ। ਤੇ ਜਿਹਦੀ ਗੱਡੀ ਖੋਈ ਜੀ, ਉਹਦਾ ਕੁਛ ਹੈ ਪਤਾ? ਕੌਣ ਹੈਗਾ? ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਜਿਹਦੀ ਗੱਡੀ ਖੋਈ ਗਈ ਸੀ ਉਹ ਮੱਥਾ ਟੇਕਣ ਗਿਆ ਸੀਗਾ, ਉਹਦਾ ਡਰਾਈਵਰ ਜਿਹੜਾ ਸੀ ਉਹ ਗੱਡੀ 'ਚ ਬੈਠਾ ਸੀ। ਅਨੰਦਪੁਰ ਸਾਹਿਬ। ਸੋ ਦੋਸਤੋ ਇੱਕ ਵਾਰੀ ਫਿਰ ਦੱਸਦਿਆਂ ਕਿ ਗੈਂਗਸਟਰ ਦਿਲਪ੍ਰੀਤ ਬਾਬੇ ਦਾ ਸਹਿਯੋਗੀ ਆਇਆ ਜੀ ਪੁਲਿਸ ਦੇ ਡਿੱਕੇ 5:30 ਸਵੇਰੇ, ਲੇਕਿਨ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫੋਰਚੂਨਰ ਗੱਡੀ ਚੋਰੀ ਕਰਕੇ ਲੈ ਕੇ ਜਾ ਰਿਹਾ, ਔਰ ਰਸਤੇ ਵਿੱਚ ਪੁਲਿਸ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਇਆ ਔਰ ਆਖਿਰਕਾਰ ਪੁਲਿਸ ਦੀ ਗੋਲੀਆਂ ਦੇ ਨਾਲ ਉਹ ਗੈਂਗਸਟਰ ਜ਼ਖਮੀ ਹੋ ਗਿਆ। ਉਸ ਨੂੰ ਹੌਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ, ਔਰ ਜਿਵੇਂ ਦੱਸ ਰਹੇ ਨੇ ਕਿ ਉਹਨਾਂ ਦੀ ਇੱਕ ਪਲੈਨਿੰਗ ਸੀਗੀ ਕਿ ਜਦੋਂ ਵੀ ਮਾਨਯੋਗ ਅਦਾਲਤ ਵਿੱਚ ਦਿਲਪ੍ਰੀਤ ਨੂੰ ਲੈ ਕੇ ਜਾਣਗੇ ਤਾਂ ਉਸ ਵੇਲਾ ਉਹਨਾਂ ਨੂੰ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਸੀ। ਭਵਿੱਖ ਵਿੱਚ ਕੀ ਜਾਂਚ ਹੈ, ਕੀ ਪੜਤਾਲ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।